हां जी सत श्री अकाल दोस्तों पंजाब न्यूज़ टीवी देख रहे सारे स्रोतों हूं जी आया हूं एथेका आयोग मापीयो ने अपने ही बच्चे ते ਦਿੱਤਾ دل دہلاਉਣ ਵਾਲਾ ਤਦਸ਼ਤ ਇੰਜ ਗਈ ਬੱਚੀ ਦੀ ਜਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਰਣੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈੰਦੇ ਵੀਡੀਓ ਨੂੰ ਵਾਤ ਤੋਂ ਵਾਲਾ ਲਾਈਕ ਐਂਡ ਸ਼ੇਅਰ ਹੀ ਕਰ ਦੇਣਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦੇਖ ਸਕਦੇ ਪਰ ਅਮਰੀਕਾ ਦੇ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਹਾਡੇ ਰੋਂਗਤੇ ਖੜੇ ਹੋ ਜਾਣਗੇ ਇੱਥੇ ਇੱਕ ਪਤੀ ਪਤਨੀ ਨੇ ਆਪਣੇ ਬੱਚੇ ਆਪਣੇ ਬੱਚੇ ਨੂੰ ਗੋਦ ਲਏ ਪੂਰੇ 5 ਸਾਲ ਤੱਕ ਆਪਣੇ ਘਰ ਦੇ ਗੈਰੇਜ ਅੰਦਰ ਰੱਖ ਕੇ ਇੱਕ ਬਕਸੇ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਇਹ ਇੱਕ ਦਿਲ ਦਾ ਲਾਉਣ ਵਾਲਾ ਮਾਮਲਾ ਫੋਲਿੰਡਾ ਸ਼ਹਿਰ ਦਾ ਹੈ ਇੱਥੇ ਜੋੜੇ ਤੇ ਬਾਲ ਸੋਸ਼ਣ ਦਾ ਦੋਸ਼ ਲਗਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਆਪਣੇ 13 ਸਾਲ ਦੇ ਗੋਦ ਲਏ ਬੱਚੇ ਨੂੰ 5 ਸਾਲ ਤੱਕ ਆਪਣੇ ਗੈਰੇਜ ਉਸਥਿਤ 8x8 ਦੇ ਬਕਸੇ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਕੈਮਰੇ ਜ਼ਰੀਏ ਰੱਖਦੇ ਸਨ ਨਜ਼ਰ ਡਬਲ ਓ ਪੀਟੀ ਦੀ ਰਿਪੋਰਟ ਮੁਤਾਬਕ ਫੋਲਿੰਡਾ ਦੇ ਟ੍ਰੇਸੀ ਅਤੇ ਕਿ ਮੋਰਟੀ 14 ਨੇ ਕੁਝ ਸਾਲ ਪਹਿਲਾਂ ਮਤਲਬ 2017 ਦੇ ਵਿੱਚ ਬੱਚਾ ਗੋਦ ਲਿਆ ਫਿਰ ਉਸ ਨੂੰ ਬਕਸੇ ਵਿੱਚ ਬੰਦ ਕਰਕੇ ਰੱਖਿਆ ਇਸ ਬਕਸੇ ਦੇ ਵਿੱਚ ਉਸ ਨੂੰ ਖਾਣ ਦਿੱਤਾ ਜਾਂਦਾ ਸੀ ਰਪੋਟੀ ਅਤੇ ਯੂਰੀਨ ਪਾਸ ਕਰਨ ਦੇ ਲਈ ਇੱਕ ਬਾਲਟੀ ਦਿੱਤੀ ਜਾਂਦੀ ਸੀ ਉਸੇ ਬਕਸੇ ਵਿੱਚ ਇੱਕ ਗੱਦਾ ਵੀ ਪਿਆ ਸੀ ਜਿਸ ਤੇ ਬੱਚਾ ਸੌਂਦਾ ਸੀ ਐਨਾ ਹੀ ਨਹੀਂ ਬੱਚੇ ਦੇ ਨਜ਼ਰ ਰੱਖਣ ਲਈ ਬੱਚੇ ਦੇ ਬਾਹਰ ਬਕਸੇ ਦੇ ਇੱਕ ਬਾਹਰ ਡੈਡ ਬੋਟਲ ਤੇ ਇੱਕ ਲਾਈਟ ਸਵਿਚ ਵੀ ਲਗਾਇਆ ਗਿਆ ਸੀ ਅਤੇ ਅੰਦਰ ਇੱਕ ਕੈਮਰਾ ਵੀ ਸੀ ਜਾਣਕਾਰੀ ਦੇ ਅਨੁਸਾਰ ਮੁਤਾਬਿਕ ਗੋਰਲੈਂਡ ਤੋਂ ਬਾਅਦ ਉਹ ਹਰ ਰੋਜ਼ 18 ਘੰਟੇ ਤੱਕ ਬਕਸੇ ਦੇ ਵਿੱਚ ਰਹਿੰਦਾ ਸੀ ਸਿਰਫ ਸਕੂਲ ਜਾਣ ਲਈ ਹੀ ਬਾਹਰ ਕੱਢਦੇ ਸਨ ਬੱਚਾ ਜਿਵੇਂ ਸਕੂਲ ਤੋਂ ਵਾਪਸ ਆਉਂਦਾ ਸੀ ਨੂੰ ਮੂਲ ਡੱਬੇ ਦੇ ਵਿੱਚ ਕੈਦ ਕਰ ਦਿੱਤੇ ਜਾਂਦੇ ਸਨ ਖਬਰ ਲਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ